हां जी वेलकम ਕਰਦੇ ਆ ਲੈ ਕੇ ਆ ਗਏ ਆ ਕੁਝ ਹੋਰ ਇੰਪੋਰਟੈਂਟ ਐਮਸੀਕਿਊ ਜੋ ਐਮਪੀਐਚਡਬਲਿਊ ਇਗਜ਼ਾਮ ਪ੍ਰੈਪਰੇਸ਼ਨ ਦੇ ਸਬੰਧ ਦੇ ਵਿੱਚ ਕਾਫੀ ਇੰਪੋਰਟੈਂਟ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਾਲ ਦੀ ਨਾਲ ਰਿਕੁਐਸਟ ਹੈ ਜਿਹੜੇ ਬੱਚੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਉਹਨਾਂ ਨੂੰ ਜੁਆਇਨ ਐਂਡ ਫਾਲੋ ਕਰ ਲਿਆ ਕਰੋ ਠੀਕ ਹੈ ਜੀ ਸੋ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਅਤੇ ਦੇਖਦੇ ਆ ਕਵੈਸਚਨ ਨੰਬਰ 1 ਯਾਨੀ ਕਿ 183 ਕੁਐਸਚਨ ਦਾ ਨੰਬਰ ਹੈ ਹਾਂਜੀ ਇੱਕ ਸਾਲ ਤੇ ਹੈਡ ਸਰਕਮਫਰੈਂਸਸ ਹੁੰਦੀ ਹੈ ਯਾਨੀ ਕਿ ਇੱਕ ਸਾਲ ਤੇ ਜਿਹੜਾ ਬੱਚੇ ਦਾ ਹੈਡ ਆ ਉਹ ਉਹਦੀ ਸਰਕਮਫਰੈਂਸਸ ਕਿੰਨੀ ਹੁੰਦੀ ਆ ਤਾਂ ਆਪਸ਼ਨ ਤੁਹਾਡੇ ਕੋਲ ਆ A 35 ਸੈਂਟੀਮੀਟਰ B 45 ਸੈਂਟੀਮੀਟਰ C 50 ਸੈਂਟੀਮੀਟਰ ਅਤੇ D 52 ਸੈਂਟੀਮੀਟਰ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਹੈ ਉਹ ਹੈਗਾ ਜੀ ਆਪਸ਼ਨ ਨੰਬਰ b 45 cm ਨੈਕਸਟ ਕੁਐਸਚਨ ਆਪਾਂ ਦੇਖਦੇ ਆਂ i u g r ਦਾ ਕਾਰਨ ਹੈ i u g r ਦਾ ਕੀ ਕਾਰਨ ਹੁੰਦਾ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲ a ਐਲਕੋਹਲ b ਸਿਗਰਟ ਪੀਣਾ c ਡਾਇਬੀਟਿਸ ਅਤੇ d ਉਪਰੋਕਤ ਸਾਰੇ ਸੋ i sorry i u g r ਦਾ ਕੀ ਕਾਰਨ ਹੁੰਦਾ ਵਾ ਤਾਂ ਇਹਦਾ ਤੁਹਾਡਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਇਹ ਜਿਹੜੇ ਉਪਰੋਕਤ ਤਿੰਨੋਂ ਕਾਰਨ ਦਿੱਤੇ ਗਏ ਨੇ ਅਲਕੋਹਲ ਸਿਗਰਟ ਪੀਣਾ ਅਤੇ ਡਾਇਬਟੀਜ਼ ਇਹ ਤਿੰਨੇ ਹੀ ਆਯੂਜੀਆਰ ਦੇ ਕਾਰਨ ਬਣਦੇ ਨੇ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਹਾਂਜੀ ਐਸ ਐਫ ਡੀ ਸਮਾਲ ਫॉर ਡੇਟ ਬੇਬੀ ਵਿੱਚ ਸ਼ਾਮਲ ਹੈ ਕੀ ਸ਼ਾਮਲ ਹੈ ਐਸ ਐਫ ਡੀ ਦੇ ਵਿੱਚ ਐਸ ਐਫ ਡੀ ਦੀ ਫੁੱਲ ਫਾਰਮ ਪਹਿਲਾਂ ਨੋਟ ਕਰੋ ਸਮਾਲ ਫੋਰ ਡੇਟ ਬੇਬੀ ਠੀਕ ਹੈ ਕਈ ਵਾਰੀ ਆ ਜਾਂਦਾ ਵੀ ਐਸ ਐਫ ਡੀ ਕੀ ਹੈ ਜਾਂ ਐਸ ਐਫ ਡੀ ਦੀ ਫੁੱਲ ਫਾਰਮ ਕੀ ਆ ਤਾਂ ਆਪਸ਼ਨ A ਆ ਤੁਹਾਡੇ ਕੋਲੇ ਭਾਰ ਗਰਭ ਦੀ ਉਮਰ ਦੀ ਤੁਲਨਾ ਵਿੱਚ 10% ਘਟ ਬੀ ਭਾਰ ਗਰਭ ਦੀ ਉਮਰ ਦੀ ਤੁਲਨਾ ਵਿੱਚ 20% ਘਟ C ਭਾਰ ਗਰਭ ਦੀ ਉਮਰ ਦੀ ਤੁਲਨਾ ਵਿੱਚ 30% ਘਟ ਅਤੇ D ਭਾਰ ਗਰਭ ਦੀ ਉਮਰ ਦੀ ਤੁਲਨਾ ਵਿੱਚ 10% ਘਟ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਣਾ ਹੈ ਇਸ ਕੁਐਸਚਨ ਦਾ ਉਹ ਹੈਗਾ ਜੀ অপਸ਼ਨ ਨੰਬਰ A অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਭਾਰ ਗਰਭ ਦੀ ਉਮਰ ਦੀ ਤੁਲਨਾ ਦੇ ਵਿੱਚ 10% ਘਟ ਨੈਕਸਟ ਕੁਐਸਚਨ ਹੈ ਆਪਣਾ ਹਾਂਜੀ ਮੋਰ ਰਿਫਲੈਕਸ ਕਿਹੜੀ ਉਮਰ ਵਿੱਚ ਆਉਂਦੀ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲ ਇਹ 37 ਹਫ਼ਤਿਆਂ ਵਿੱਚ b 34 ਹਫ਼ਤਿਆਂ ਵਿੱਚ c 32 ਹਫ਼ਤਿਆਂ ਵਿੱਚ ਅਤੇ d 28 ਹਫ਼ਤਿਆਂ ਦੇ ਵਿੱਚ ਸੋ ਜਿਹੜੀ ਮੋਰ ਰਿਫਲੈਕਸ ਆ ਇਹ ਕਿਹੜੀ ਉਮਰ ਦੇ ਵਿੱਚ ਆਉਂਦੀ ਆ ਤਾਂ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਜੀ ਆਪਸ਼ਨ ਨੰਬਰ c ਇਹ 32 ਹਫ਼ਤੇਾਂ ਦੇ ਵਿੱਚ ਆਉਂਦੀ ਆ ਆਪਸ਼ਨ ਨੰਬਰ c ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਆਪਾਂ ਦੇਖਦੇ ਆਂ ਹਾਂਜੀ ਮੋਰ ਰਿਫਲੈਕਸ ਕਦੋਂ ਸਮਾਪਤ ਹੁੰਦੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਇਹ 1 ਮਹੀਨੇ ਵਿੱਚ ਬੀ 3 ਮਹੀਨੇ ਵਿੱਚ ਸੀ 6 ਮਹੀਨੇ ਵਿੱਚ ਅਤੇ ਦੀ 1 ਸਾਲ ਦੇ ਵਿੱਚ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਆਪਸ਼ਨ ਨੰਬਰ ਬੀ ਜਿਹੜੀ ਮੋਰ ਰਿਫਲੈਕਸ ਆ ਇਹ 3 ਮਹੀਨੇ ਦੇ ਵਿੱਚ ਸਮਾਪਤ ਹੋ ਜਾਂਦੀ ਹੈ ਨੈਕਸਟ ਕੁਐਸਚਨ ਜਨਮ ਦੇ ਸਮੇ ਹੈਟ ਸਰਕਮ ਫਿਰਾਂਸ ਫਿਰਾਂਸਸ ਚੈਸਟ ਸਰਕਮਫਰੈਂਸਸ ਦੀ ਤੁਲਨਾ ਵਿੱਚ ਹੁੰਦੀ ਹੈ ਏ 3 ਸੈਂਟੀਮੀਟਰ ਤੋਂ ਘੱਟ ਬੀ ਬਰਾਬਰ ਸੀ 3 ਸੈਂਟੀਮੀਟਰ ਤੋਂ ਜ਼ਿਆਦਾ ਜਾਂ ਡੀ ਨਿਸ਼ਚਿਤ ਨਹੀਂ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈਗਾ ਆ ਉਹ ਹੈਗਾ ਜੀ অপਸ਼ਨ ਨੰਬਰ ਸੀ ਇਹ 3 ਸੈਂਟੀਮੀਟਰ ਤੋਂ ਜ਼ਿਆਦਾ ਹੁੰਦੀ ਹੈ ਹੈਡ ਸਰਕਮਫਰੈਂਸਸ ਦੇ ਮੁਕਾਬਲੇ ਚੈਸਟ ਸਰਕਮਫਰੈਂਸਸ ਠੀਕ ਹੈ हां जी नेक्स्ट क्वेश्चन है सॉरी किस उम्र ਵਿੱਚ ਹੈਡ ਸਰਕਮਫਰੈਂਸਸ ਅਤੇ ਚੈਸਟ ਸਰਕਮਫਰੈਂਸਸ ਬਰਾਬਰ ਹੋ ਜਾਂਦੀ ਹੈ ਤਾਂ ਆਪਸ਼ਨ ਹੈ 6 ਮਹੀਨੇ ਬੀ ਆ 1 ਸਾਲ ਸੀ ਡੇਢ ਸਾਲ ਜਾਂ ਡੀ 2 ਸਾਲ ਕਿਸ ਉਮਰ ਵਿੱਚ ਇਹ ਦੋਨੇ ਬਰਾਬਰ ਹੋ ਜਾਂਦੀਆਂ ਨੇ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਵਾਜੀ ਆਪਸ਼ਨ ਨੰਬਰ ਬੀ 1 ਸਾਲ ਦੀ ਉਮਰ ਦੇ ਵਿੱਚ ਨੈਕਸਟ ਕੁਐਸਚਨ ਹਾਂਜੀ ਦੁੱਧ ਦੇ ਦੰਦ ਨਿਕਲਣ ਵਿੱਚ ਦੇਰੀ ਹੋਣ ਦਾ ਕਾਰਨ ਹੈ ਕਾਫੀ ਸਾਰੇ ਬੱਚਿਆਂ ਦੇ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਦੁੱਧ ਦੇ ਦੰਦ ਹੁੰਦੇ ਆ ਉਹ ਲੇਟ ਆਉਂਦੇ ਆ ਤਾਂ ਉਹਦਾ ਕੀ ਕਾਰਨ ਹੁੰਦਾ ਇੱਕ ਉਪੋਸ਼ਣ ਵੀ ਹਾਈਪੋਥਾਇਰੋਇਡਿਜ਼ਮ ਸੀ ਐਕਰੋਨੋਟ੍ਰੋਪਲੇਸ਼ੀਆ ਤੇ ਦੀ ਉਪਰੋਕਤ ਸਾਰੇ ਸੋ ਪ੍ਰੋਨਨਸੀਏਸ਼ਨ ਚ ਥੋੜੀ ਪ੍ਰੋਬਲਮ ਆ ਤੁਸੀਂ ਆਪਣੇ ਆਪ ਜਿਹੜੇ ਸਪੈਲਿੰਗ ਨੇ ਉਹ ਦੇਖ ਕੇ ਸਮਝ ਲੈਣੇ ਆ ਤੇ ਯਾਦ ਕਰ ਲੈਣੇ ਹੋਣਗੇ ਸੋ so, 190 ਨੰਬਰ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਜੀ অপਸ਼ਨ ਨੰਬਰ ਡੀ ਇਹ ਸਾਰੇ ਹੀ ਕਾਰਨ ਹੋ ਸਕਦੇ ਆ ਜਿਹੜੇ ਕਿਸੇ ਬੱਚੇ ਦੇ ਦੁੱਧ ਦੇ ਦੰਦ ਲੇਟ ਹੋਣਦੇ ਨੈਕਸਟ ਕੁਐਸਚਨ ਆਪਾਂ ਦੇਖਦੇ ਆ ਹਾਂਜੀ ਗਰਭ ਅਵਸਥਾ ਵਿੱਚ ਕਿਹੜੀ ਦਵਾਈ ਖਾਣ ਨਾਲ ਬੱਚੇ ਦੇ ਦੰਦਾਂ ਦੇ ਰੰਗ ਵਿੱਚ ਪਰਿਵਰਤਨ ਹੋ ਜਾਂਦਾ ਹੈ ਤਾਂ ਆਪਸ਼ਨ ਆ ਤੁਹਾਡੇ ਕੋਲ ਏ ਐਮ ਪੀ ਸਿਲਿਨ ਬੀ ਸੀਪ੍ਰੋਫਲੋਕਸਾसीन ਸੀ ਟੈਟਰਾਸਾਈਕਲਿਨ ਡੀ ਸਿਫਲੋਸਪੋਰੀਨ ਸੋ ਇਹ ਦਵਾਈਆਂ ਦੇ ਨਾਮ ਨੇ ਜੀ ਆਪਣੇ ਆਪ ਤੁਸੀਂ ਸਮਝ ਲਿਓ ਤੇ ਇਹਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਵਾ ਆਪਸ਼ਨ ਨੰਬਰ ਸੀ ਠੀਕ ਆ ਆ ਜਿਹੜਾ ਸੀ ਨੰਬਰ ਆਪਸ਼ਨ ਆ ਇਹ ਰਾਈਟ ਆ ਇਹ ਦਵਾਈ ਖਾਣ ਨਾਲ ਬੱਚੇ ਦੇ ਦੰਦਾਂ ਦੇ ਰੰਗ ਵਿੱਚ ਪਰਿਵਰਤਨ ਹੋ ਜਾਂਦਾ ਵਾ ਠੀਕ ਐ ਨੈਕਸਟ ਕੁਐਸਚਨ ਆਪਾਂ ਦੇਖਦੇ ਆ ਹਾਂਜੀ ਸਭ ਤੋਂ ਪਹਿਲਾਂ ਕਿਹੜਾ ਸਥਾਈ ਦੰਦ ਆਉਂਦਾ ਹੈ ਸੋ ਇਹਨਾਂ ਨੇ ਦੁੱਧ ਦਾ ਦੰਦ ਨਹੀਂ ਪੁੱਛਿਆ ਹੁਣ ਦੁੱਧ ਦੇ ਦੰਦ ਤੋਂ ਬਾਅਦ ਜਿਹੜਾ ਸਥਾਈ ਦੰਦ ਆ ਉਹ ਪੁੱਛਿਆ ਵਾ ਕਿਹੜਾ ਆਉਂਦਾ ਇਹ ਡੈਨਾ ਡੈਨਾਇਨ ਬੀ ਮੋਲਰ ਸੀ ਇਨਸੀਜ਼ਰ ਅਤੇ ਡੀ ਪ੍ਰੀਮੋਲਰ ਸੋ ਕਿਹੜਾ ਦੰਦ ਆ ਜਿਹੜਾ ਸਭ ਤੋਂ ਪਹਿਲਾਂ ਸਥਾਈ ਦੰਦ ਆਉਂਦਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਨੰਬਰ ਬੀ ਜਿਹੜਾ ਮੋਲਰ ਦੰਦ ਹੁੰਦਾ ਇਹ ਸਥਾਈ ਦੰਦਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਨੈਕਸਟ ਕੁਐਸਚਨ ਪਹਿਲਾ ਮੋਲਰ ਦੰਦ ਕਿਸ ਉਮਰ ਵਿੱਚ ਆਉਂਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋ ਇਹ 7 ਸਾਲ b 3 ਸਾਲ c 6 ਸਾਲ ਅਤੇ d 5 ਸਾਲ ਸੋ ਕਿੰਨੇ ਸਾਲ ਦੀ ਉਮਰ ਦੇ ਵਿੱਚ ਪਹਿਲਾ ਮੋਲਾ ਦੰਦ ਆ ਜਾਂਦਾ ਵਾ ਤਾਂ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੈਗਾ ਜੀ অপਸ਼ਨ ਨੰਬਰ c 6 ਸਾਲ ਦੀ ਉਮਰ ਤੱਕ ਇਹ ਜਿਹੜਾ ਦੰਦ ਆ 6 ਸਾਲ ਦੀ ਉਮਰ ਵਿੱਚ ਆ ਜਾਂਦਾ ਵਾ ਸੋ ਦੇਖਦੇ ਆ ਨੈਕਸਟ ਕੁਐਸਚਨ ਹਾਂਜੀ ਨੈਕਸਟ ਕੁਐਸਚਨ ਹੈ ਆ ਜੈਵਲਿਨ ਜਸਟਿਸ ਐਕਟ ਕਦੋਂ ਲਾਗੂ ਹੋਇਆ ਹਾਂਜੀ ਜੈਵਲਿਨ ਜਸਟਿਸ ਐਕਟ ਸੀਗਾ ਜਿਹੜਾ ਇਹ ਕਦੋਂ ਲਾਗੂ ਹੋਇਆ ਸੀਗਾ ਆਪਸ਼ਨ ਨੇ ਤੁਹਾਡੇ ਕੋਲ A 1982 B 1982, C. 1982, 1987 C 1992 ਅਤੇ D 1997 ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੋਵੇਗਾ ਜੀ ਆਪਸ਼ਨ ਨੰਬਰ B ਜਿਹੜਾ ਇਹ ਐਕਟ ਸੀਗਾ ਇਹ 1987 ਦੇ ਵਿੱਚ ਲਾਗੂ ਹੋਇਆ ਸੀ ਨੈਕਸਟ ਕੁਐਸਚਨ ਦੇਖਦੇ ਹਾਂ ਹਾਂਜੀ ਨਵਯਾਤ ਬੱਚੇ ਵਿੱਚ ਜੌਂਡੀਸ ਦਾ ਪ੍ਰਬੰਧਨ ਹੈ A ਫੋਟੋਥੈਰੇਪੀ B ਐਕਸਚੇਂਜ ਬਲੱਡ ਟ੍ਰਾਂਸਫਿਊਸ਼ਨ C ਫੀਨੋ ਬਾਰਬੀਟੋਨ ਤੇ D ਉਪਰੋਕਤ ਸਾਰੇ ਨਵੇਂ ਜੰਮੇ ਬੱਚੇ ਵਿੱਚ ਜੈਂਡੀਸ ਦਾ ਪ੍ਰਬੰਧਨ ਹੈ جی آڈا رائٹ آنسر کیڑا ہونا یا اس کو اچھن دا آپشن نمبر ڈی اپروکت سارے ہاں جی نیکسٹ کوشچن آ اینٹی کون ویلیو سینٹ دبائی ہے اینٹی کون ویلیو سینٹ دبائی ہے یہ ڈائزیپم بی ਪੈਨੀਓਥਨ ਸੀ ਪੈਨੋ ਬਾਰਬਿਟੋਨ ਡੀ ਉਪਰੋਕਤ ਸਾਰੇ ਸੋ ਪ੍ਰੋਨਨਸੀਏਸ਼ਨ ਚ ਇੱਥੇ ਵੀ ਪ੍ਰੋਬਲਮ ਆ ਸੋ ਆਪਣੇ ਆਪ ਸਮਝ ਲਿਓ ਆ ਸਪੈਲਿੰਗ ਯਾ ਪਾਉਜ਼ ਕਰਕੇ ਵੀਡੀਓ ਦੇਖ ਲਿਓ ਠੀਕ ਆ ਵੀ ਇਹ ਕਿਹਦੀ ਦਵਾਈ ਹੈ ਤਾਂ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਇਹਨਾਂ ਦੇ ਵਿੱਚੋਂ 249 ਦਾ ਆਪਸ਼ਨ ਨੰਬਰ ਡੀ ਮਤਲਬ ਇਹ ਸਾਰੀਆਂ ਹੀ ਦਵਾਈਆਂ ਨੇ ਜਿਹੜੀਆਂ ਇਹ ਇਹ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ ਠੀਕ ਹੈ ਜੀ ਨੈਕਸਟ ਅ ਇਨਕਿਊਬेटर ਇਨਕਿਊਬेटर ਕਮਰੇ ਵਿੱਚ ਨਵੀਂ ਹੋਣੀ ਚਾਹੀਦੀ ਆ ਕਿੰਨੀ ਇਹ 40% B 60% C 50% ਅਤੇ D 70% ਸੋ ਕਿੰਨੀ ਨਵੀਂ ਹੋਣੀ ਚਾਹੀਦੀ ਆ ਆਪਸ਼ਨ ਤੁਹਾਡਾ ਰਾਈਟ ਹੈਗਾ ਆਪਸ਼ਨ ਨੰਬਰ B 60% ਨਵੀਂ ਚਾਹੀਦੀ ਆ हां जी नेक्स्ट क्वेश्चन ਆਪਾਂ ਦੇਖਦੇ ਆਂ ਐਨੀਅਨ ਸੀ ਪਰ ਹਲ ਫਲਸ ਵਿੱਚ ਸਭ ਤੋਂ ਜ਼ਿਆਦਾ ਪੇਸ਼ਕਾਰੀ ਹੁੰਦੀ ਹੈ ਇਹ ਸੀਰਸ ਤੇ ਵੀ ਬਰੀਚ ਤੇ ਸੀ ਚਿਹਰੇ ਤੇ ਡੀ ਬਰੋ ਤੇ ਤਾਂ ਨੈਕਸਟ ਸੌਰੀ ਤਾਂ ਰਾਈਟ ਆਨਸਰ ਆ ਜਿਹੜਾ ਇਸ ਕੁਐਸਚਨ ਦਾ ਉਹ ਹੈਗਾ অপਸ਼ਨ ਨੰਬਰ ਸੀ ਚਿਹਰੇ ਦੇ ਉੱਤੇ ਸੋ ਆ ਆ ਤੁਸੀਂ ਰੀਡ ਕਰ ਲਿਓ ਧਿਆਨ ਨਾਲ ਠੀਕ ਆ ਆਗੇ ਫਿਰ ਇਹੀ ਕੁਐਸਚਨ ਆ ਕਿ ਇਹਦੇ ਬਾਰੇ ਕੀ ਸਹੀ ਆ ਕੀ ਇਹ ਐਨ ਐਨ ਸੀ ਪੈਲਸ ਠੀਕ ਹੈ ਜੀ ਸੋ ਇਹਦੇ ਬਾਰੇ ਕੀ ਸਹੀ ਆ ਆਮ ਤੌਰ ਤੇ ਪਾਲ ਹਾਈਡਰੋਮਿਨੋਸ ਮੌਜੂਦ ਰਹਿਦਾ ਹੈ ਪਿਊਟ੍ਰਿਟੀ ਅਤੇ ਐਡਰੀਨਲ ਗ੍ਰੰਥੀ ਟੁੱਟੀ ਭੱਜੀ ਰਹਿੰਦੀ ਹੈ ਐਮਨੀਏਟਿਵ ਦਰਬ ਵਿੱਚ α ਫਿਟੋਪ੍ਰੋਟੀਨ ਜ਼ਿਆਦਾ ਹੁੰਦਾ ਹੈ ਜਾਂ ਉਪਰੋਕਤ ਸਾਰੇ ਤਾਂ ਤੁਹਾਡਾ ਰਾਈਟ ਆਨਸਰ ਇਸ ਕੁਐਸਚਨ ਦਾ ਆਪਸ਼ਨ ਹੈ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਆ 253 ਨਿਊਨੈਂਟਲ ਹਾਈਪੋਥਾਇਰਮੀਆ ਕਹਿਲਾਉਂਦਾ ਹੈ ਜੇਕਰ ਬੱਚੇ ਦਾ ਤਾਪਮਾਨ ਹੁੰਦਾ ਹੈ ਏ 32 ਡਿਗਰੀ ਸੀ ਤੋਂ ਘੱਟ ਵੀ 30 ਡਿਗਰੀ ਸੀ ਤੋਂ ਘੱਟ ਸੀ 28 ਡਿਗਰੀ ਸੀ ਤੋਂ ਘੱਟ ਅਤੇ ਡੀ 35 ਡਿਗਰੀ ਸੀ ਤੋਂ ਘੱਟ ਸੋ ਰਾਈਟ ਆਨਸਰ ਕਿਹੜਾ ਬਣਦਾ ਇਸ ਕੁਐਸਚਨ ਦਾ 253 ਨੰਬਰ ਕੁਐਸਚਨ ਹੈ ਤੇ ਇਹਦਾ ਰਾਈਟ ਆਨਸਰ ਆ ਜੀ অপਸ਼ਨ ਨੰਬਰ ਡੀ ਨੈਕਸਟ ਹੈ ਨਵੇਂ ਜੰਮੇ ਬੱਚੇ ਦਾ ਤਾਪਮਾਨ ਮਾਪਣ ਲਈ ਸਭ ਤੋਂ ਉੱਤਮ ਹੈ ਇਹ 올 थर्मामीटर ਵੀ ਐ ਐਕਸਲਰੀ ਥਰਮਾਮੀਟਰ ਸੀ ਰੈਕਟਲ ਥਰਮਾਮੀਟਰ ਅਤੇ ਡੀ ਉਪਰੋਕਤ ਸਾਰੇ ਸੋ ਜਿਹੜਾ ਇੱਕ ਨਵਾਂ ਜਨਮਿਆ ਬੱਚਾ ਨਿਊ ਬੋਨ ਬੇਬੀਆ ਉਹਦਾ ਤਾਪਮਨ ਨਾਪਣ ਲਈ ਕਿਹੜਾ ਥਰਮਾਮੀਟਰ ਸਭ ਤੋਂ ਉੱਤਮ ਹੁੰਦਾ ਹੈ ਤਾਂ ਇਸ ਦਾ ਤੁਹਾਡਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਜਿਹੜਾ ਰੈਕਟਲ ਥਰਮਾਮੀਟਰ ਹੈ ਉਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਹਾਂਜੀ ਨੈਕਸਟ ਡੇ ਕੈਰੀਅਰ ਵਿੱਚ ਕਿੰਨੇ ਟੀਕਿਆਂ ਨੂੰ ਲੈ ਜਾਇਆ ਜਾ ਸਕਦਾ ਹੈ ਇਹ 2 ਤੋਂ 4 ਵਾਇਲਸ B 6 ਤੋਂ 8 ਵਾਇਲਸ C 16 ਤੋਂ 20 ਵਾਇਲਸ ਅਤੇ D 20 ਤੋਂ 24 ਵਾਇਲਸ ਸੋ ਜਿਹੜਾ D ਕੈਰੀਅਰ ਹੈ ਉਹਦੇ ਵਿੱਚ ਕਿੰਨੇ ਟੀਕਿਆਂ ਨੂੰ ਲੈ ਜਾਇਆ ਜਾ ਸਕਦਾ ਹੁੰਦਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ 6 ਤੋਂ 8 ਵਾਇਲਸ ਆ ਜਿਹੜੇ D ਕੈਰੀਅਰ ਦੇ ਵਿੱਚ ਉਹ ਟੀਕਿਆਂ ਨੂੰ ਲੈ ਜਾਇਆ ਜਾ ਸਕਦਾ ਵਾ ਨੈਕਸਟ ਕੁਐਸਚਨ ਹੈ ਜੀ ਸੈਲ ਸੈਲਿਕ ਰੋਗ ਵਿੱਚ ਕਿਸ ਦੇ ਪ੍ਰਤੀ ਸਵੇਦਨ ਸ਼ੀਲਤਾ ਹੁੰਦੀ ਹੈ ਇਹ ਕਣਕ ਤੋਂ ਵੀ ਚਾਵਲ ਤੋਂ ਸੀ ਗਲਾਈਡਨ ਤੋਂ ਅਤੇ ਡੀ ਦਾਲ ਤੋਂ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਊਗਾ ਉਹ ਹੈਗਾ ਤੁਹਾਡਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਗਲਾਈਡਨ ਤੋਂ ਸਵੇਦਨ ਸ਼ੀਲਤਾ ਹੁੰਦੀ ਹੈ ਇਸ ਰੋਗ ਦੇ ਵਿੱਚ ਹਾਂਜੀ ਨੈਕਸਟ ਤੇ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਕੁਐਸਚਨ ਹੈ ਨਵਜਾਤ ਬੱਚੇ ਵਿੱਚ ਕਪੋਸ਼ਣ ਦਾ ਚਿੰਨ ਹੈ اے ਬੱਚਾ ਦਿਨ ਵਿੱਚ ਦੋ ਵਾਰ ਪਸ਼ਾਬ ਕਰਦਾ ਹੈ ਬੀ ਦੁੱਧ ਪੀਣ ਤੋਂ ਬਾਅਦ ਖੁਸ਼ੀ-ਖੁਸ਼ੀ ਸੌਂ ਜਾਂਦਾ ਹੈ ਸੀ ਆਮ ਭਾਰ ਵਧ ਜਾਂਦਾ ਹੈ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਜਿਹੜਾ ਨਿਊ ਬੌਰਨ ਬੇਬੀ ਹੁੰਦਾ ਵਾ ਨਵਜਾਤ ਬੱਚੇ ਵਿੱਚ ਕਪੋਸ਼ਣ ਦਾ ਇਹਨਾਂ ਦੇ ਵਿੱਚੋਂ ਕਿਹੜਾ ਚਿੰਨ ਹੈ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ ਏ ਬੱਚਾ ਦਿਨ ਵਿੱਚ ਦੋ ਵਾਰ ਪਸ਼ਾਬ ਕਰਦਾ ਹੈ ਠੀਕ ਹੈ ہاں جی کی مریض کا نجی سورنا صحت کا ایک ضروری سوچک ہے آپشن آ یہ ہاں بی نہیں سی پتا نہیں یا ڈی بالکل نہیں سو اس د رائٹ آنسر ہے با جی آپشن نمبر اے اے آپشن از د رائٹ آنسر مریض کا نیجی سورنا صحت کا ایک ضروری سوچک منیا من جاتا ہے ਨੈਕਸਟ ਕੁਐਸਚਨ ਟਾਇਲਟਿੰਗ ਦੇ ਦੌਰਾਨ ਮਰੀਜ਼ ਦੀ ਮਦਦ ਲਈ ਲੋੜੀਂਦੇ ਆਪਣਾਣਯੋਗ ਆਪਾਵਾ ਵਿੱਚ ਡੈਸ਼ ਸ਼ਾਮਲ ਹਨ ਕੀ ਸ਼ਾਮਲ ਹਨ ਏ ਦੁਰਘਟਨਾਮਾ ਲਈ ਪਤਾ ਲਗਾਉਣਾ ਬੀ ਅਸੰਜਮ ਹੋਣ ਬਾਰੇ ਦੱਸਣਾ ਸੀ ਗ੍ਰੈਬ ਰੇਲਾਂ ਅਤੇ ਟਾਇਲਟ ਸੀਟਾਂ ਪ੍ਰਦਾਨ ਕਰਨਾ ਯਾ ਡੀ ਉਪਰੋਕਤ ਸਾਰੇ ਸੋ ਟਾਇਲਟਿੰਗ ਦੇ ਦੌਰਾਨ ਮਰੀਜ਼ ਦੀ ਮਦਦ ਲਈ ਲੋੜੀਂਦੇ ਆਪਣਾਉਣ ਯੋਗ ਆਪਾਵਾ ਵਿੱਚ ਡੈਸ਼ ਸ਼ਾਮਲ ਹਨ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਊਗਾ ਉਹ ਹੈਗਾ ਯਾ ਜੀ অপਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ ਨੈਕਸਟ ਨੈਕਸਟ ਕੁਐਸਚਨ ਦੇਖਦੇ ਹਾਂ ਦਵਾਈਆਂ ਲੈਂਦੇ ਸਮੇਂ ਮਰੀਜ਼ ਦੀ ਨਿਗਰਾਨੀ ਕਰਨਾ ਡੈਸ਼ ਦੀ ਰੋਕ-थाम ਕਰਦਾ ਹੈ ਕਿਸ ਦੀ ਰੋਕ-थाम ਕਰਦਾ ਹੈ ਏ ਜ਼ਿਆਦਾ ਖੁਰਾਕ ਬੀ ਦਵਾਈਆਂ ਲੈਣ ਵਿੱਚ ਭੁੱਲਣਾ ਸੀ ਮਰੀਜ਼ ਨੂੰ ਸਹੀ ਮਾਤਰਾ ਵਿੱਚ ਖੁਰਾਕ ਲੈਣੀ ਜਾਂ ਦੇਣੀ ਡੀ ਦੋਵੇਂ ਏ ਅਤੇ ਬੀ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਜਿਆਦਾ ਖੁਰਾਕ ਅਤੇ ਦਵਾਈਆਂ ਲੈਣ ਵਿੱਚ ਭੁੱਲਣ ਦੇ ਲਈ ਇਹ ਨਿਗਰਾਨੀ ਹੈ ਜਿਹੜੀ ਉਹ ਜ਼ਰੂਰੀ ਆ ਬਈ ਮਰੀਜ਼ ਕਿਤੇ ਜਿਆਦਾ ਖੁਰਾਕ ਨਾ ਲੈ ਲਵੇ ਜਾਂ ਕੋਈ ਮੈਡੀਸਿਨ ਲੈਣੀ ਭੁੱਲ ਨਾ ਜਾਵੇ ਨੈਕਸਟ ਕੁਐਸਚਨ ਹਾਂਜੀ ਬੈੱਡ ਬਣਾਉਣ ਦਾ ਉਦੇਸ਼ ਡੈਸ਼ ਹੈ A ਸੁੱਖ ਸੁਵਿਧਾ ਵਧਾਉਣਾ B ਕਮਾਈ ਵਧਾਉਣਾ ਸੀ ਇੱਕ ਮਰੀਜ਼ ਦੇ ਆਰਾਮ ਸਵੱਛਤਾ ਅਤੇ ਸਾਫ਼ ਸੁਥਰੀ ਦਿੱਖ ਵਿੱਚ ਸੁਧਾਰ ਕਰਨਾ ਡੀ ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਊਗਾ ਉਹ ਹੈਗਾ ਤੁਹਾਡਾ ਆਪਸ਼ਨ ਨੰਬਰ ਸੀ ਇੱਕ ਮਰੀਜ਼ ਦੇ ਆਰਾਮ ਸਵੱਛਤਾ ਅਤੇ ਸਾਫ਼ ਸੁਥਰੀ ਦਿੱਖ ਦੇ ਵਿੱਚ ਸੁਧਾਰ ਕਰਨਾ ਬੈੱਡ ਬਣਾਉਣ ਦਾ ਇਹ ਉਦੇਸ਼ ਹੁੰਦਾ ਹੈ ਨੈਕਸਟ ਕੁਐਸਚਨ ਹਾਂਜੀ 24 ਨੰਬਰ ਤੇ ਕੁਐਸਚਨ ਆ ਬੈੱਡ ਬਣਾਉਣ ਵੇਲੇ ਧਿਆਨ ਦਿੱਤਾ ਜਾਣ ਵਾਲਾ ਮੋਡਲਾ ਸਿਧਾਂਤ ਡੈਸ਼ ਕਰਨਾ ਹੈ ਏ ਸੂਖਮ ਜੀਵਾਂ ਲਈ ਸਰੋਤਾਂ ਦੀ ਰੋਕਥਾਮ ਬੀ ਇੱਕ ਸੁਰੱਖਿਅਤ ਅਤੇ ਆਰਾਮਦਾਇਕ ਬੈੱਡ ਪ੍ਰਦਾਨ ਸੀ ਚੰਗਾ ਸਰੀਰਕ ਤੰਤਰ ਅਤੇ ਡੀ ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ 25 ਨੰਬਰ ਕੁਐਸਚਨ ਹਾਂਜੀ ਲੇਨਨ ਦੀ ਪੂਰੀ ਤਵਦੀਲੀ ਲਈ ਲੋੜੀਂਦੀਆਂ ਚੀਜ਼ਾਂ ਡੈਸ਼ ਹਨ ਤਾਂ ਆਪਸ਼ਨ ਹੈ ਏ ਗੱਦੇ ਦਾ ਕਵਰ ਅਤੇ ਦੋ ਚਾਦਰਾਂ ਬੀ ਡਰਾਅ ਚਾਦਰ ਅਤੇ ਸਰਹਾਣੇ ਦਾ ਗਲਾਫ ਸੀ ਪਲੰਗ ਕੋਸ਼ ਅਤੇ ਡੀ ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋ ਜੂਗਾ ਉਹ ਹੈਗਾ ਜੀ অপਸ਼ਨ ਨੰਬਰ ਡੀ ਉਪਰੋਕਤ ਸਾਰੇ ਨੈਕਸਟ ਕੁਐਸਚਨ ਹਾਂਜੀ ਇੱਕ ਨਮੂਨੇ ਨੂੰ ਲਜਾਣ ਵਿੱਚ ਇੱਕ ਵਾਰਡ اٹੈਂਡੈਂਟ ਦੀ ਕੀ ਭੂਮਿਕਾ ਹੈ ਸੋ ਆਪਸ਼ਨ ਤੁਹਾਡੇ ਕੋਲ ਆ ਇਹ ਨਮੂਨਾ ਇਕੱਠਾ ਕਰਨਾ ਬੀ ਨਮੂਨੇ ਦੀ ਪੈਕਿੰਗ ਕਰਨਾ ਸੀ ਨਮੂਨੇ ਨੂੰ ਲੇਬਲ ਲਗਾਉਣਾ ਤੇ ਡੀ ਉਪਰੋਕਤ ਸਾਰੇ ਸੋ ਇਸ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੈਗਾ ਆਪਸ਼ਨ ਨੰਬਰ ਟੀ ਠੀਕ ਹੈ ਜੀ ਉਪਰੋਕਤ ਸਾਰੇ ਸੋ ਇਹ ਇੱਕ ਦੋ ਕੁਐਸਚਨ ਨੇ ਜਿਹੜੇ ਵੀਡੀਓ ਦੇ ਵਿੱਚ ਵਾਰਡ اٹੈਂਡੈਂਟ ਨਾਲ ਸੰਬੰਧਿਤ ਨੇ ਪਰ ਫਿਰ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਬਾਕੀ ਸਾਰੇ ਕੁਐਸਚਨ ਨੇ ਆ ਉਹ MP HW ਦੇ ਵਿੱਚ ਵੀ ਆ ਸਕਦੇ ਨੇ ਮੈਨੂੰ ਲੱਗਿਆ ਕਿ ਇਹ ਇੰਪੋਰਟੈਂਟ ਕੁਐਸਚਨ ਹੈ ਇਸ ਕਰਕੇ ਤੁਹਾਡੇ ਲਈ ਇਹ ਵੀਡੀਓਜ਼ ਆ ਮੈਂ ਰੈਡੀ ਕਰ ਰਿਹਾ ਹਾਂ ਹਾਂਜੀ ਜੇਕਰ ਨਮੂਨਾ ਸੁਭਾਅ ਵਿੱਚ ਲਾਗ ਵਾਲਾ ਹੈ ਤਾਂ ਕਿਹੜੀ ਸਾਵਧਾਨੀ لازਮੀ ਤੌਰ ਤੇ ਲਈ ਜਾਣੀ ਚਾਹੀਦੀ ਹੈ ਆਪਸ਼ਨ ਯਾ ਤੁਹਾਡੇ ਕੋਲ ਏ ਨਮੂਨੇ ਦੀ ਪੈਕਿੰਗ ਅਤੇ ਲਾਗ ਦਾ ਖਤਰਾ ਦੱਸਦੇ ਹੋਏ ਲੇਬਲ ਲਾਜ਼ਮੀ ਤੌਰ ਤੇ ਚਿਪਕਾਉਣਾ ਚਾਹੀਦਾ ਹੈ ਬੀ ਪੈਕਿੰਗ ਲਾਜ਼ਮੀ ਤੌਰ ਤੇ ਪ੍ਰਮਾਣਿਤ ਹੋਣੀ ਚਾਹੀਦੀ ਹੈ ਅਤੇ ਇਸ ਤੇ ਪ੍ਰਮਾਣਿਕਰਨ ਨੰਬਰ ਲੱਗਿਆ ਹੋਣਾ ਚਾਹੀਦਾ ਹੈ ਸੀ ਨਮੂਨੇ ਦੀ ਪੈਕਿੰਗ ਤੇ ਜੇਕਰ ਮਿਲੇ ਤਾਂ ਨਾ ਖੋਲਿਆ ਜਾਵੇ ਦੱਸਦੇ ਹੋਏ ਹਦਾਇਤ ਲਾਜ਼ਮੀ ਤੌਰ ਤੇ ਚਿਪਕਾਈ ਜਾਣੀ ਚਾਹੀਦੀ ਹੈ ਅਤੇ ਡੀ ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਇਨੀਆਂ ਇਨਾਂ ਸਾਰੀਆਂ ਹੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਡੈਸ਼ ਸਿਹਤ ਦੇ ਸਰੱਖਿਆਣ ਲਈ ਕੀਤੇ ਗਏ ਅਭਿਆਸਾਂ ਦਾ ਇੱਕ ਸਮੂਹ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਏ ਸਵੱਛਤਾ ਬੀ ਸਿਹਤ ਸੀ ਵਾਤਾਵਰਣ ਅਤੇ ਡੀ ਆਦਤਾਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਆ ਉਹ ਤੁਹਾਡਾ ਰਾਈਟ ਆਨਸਰ ਹੋ ਜੂਗਾ অপਸ਼ਨ ਨੰਬਰ A ਯਾਨੀ ਕਿ ਸਵੱਛਤਾ ਸਿਹਤ ਦੇ ਸੰਰਖਣ ਲਈ ਕੀਤੇ ਗਏ ਅਭਿਆਸਾਂ ਦਾ ਇੱਕ ਸਮੂਹ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਸਿਹਤ ਸਿੱਖਿਆ ਡੈਸ਼ ਕਰ ਸਕਦੀ ਹੈ ਕੀ ਕਰ ਸਕਦੀ ਹੈ ਇਹਨਾਂ ਦੇ ਵਿੱਚੋਂ A ਸਮੁਦਾਇਕ ਸਵੱਛਤਾ ਵਿੱਚ ਸੁਧਾਰ B ਬਿਮਾਰੀ ਦੀ ਰੋਕਥਾਮ C ਸਕਾਰਾਤਮਕ ਸਿਹਤ ਵਿਵਹਾਰ ਦਾ ਅੰਤਰ ਨਿਵੇਸ਼ਣ ਅਤੇ ਡੀ ਅਪਰੋਕਤ ਸਾਰੇ ਸੋ ਸਿਹਤ ਸਿੱਖਿਆ ਇਹਨਾਂ ਦੇ ਵਿੱਚੋਂ ਕੀ ਕਰ ਸਕਦੀ ਆ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਸਿਹਤ ਸਿੱਖਿਆ ਇਹ ਤਿੰਨੋ ਹੀ ਕਰ ਸਕਦੀ ਆ ਸਮੁਦਾਇਕ ਸਵੱਛਤਾ ਵਿੱਚ ਸੁਧਾਰ ਬਿਮਾਰੀ ਦੀ ਰੋਕਥਮ ਅਤੇ ਸਕਾਰਤਮਕ ਸਿਹਤ ਵਿਵਹਾਰ ਦਾ ਅੰਤਰ ਨਿਵੇਸ਼ਣ ਸੋ ਦੇਖਦੇ ਆ ਨੈਕਸਟ ਕੁਐਸਚਨ ਹਾਂਜੀ 12 ਨੰਬਰ ਕੁਐਸਚਨ ਹੈ ਡੈਸ਼ ਜਰਾਸੀਮਾ ਦੇ ਫੈਲਾਅ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਉਪਾਅ ਹੈ ਆਪਸ਼ਨ ਹੈ A ਗੰਦੇ ਹੱਥ हत, B ਹੱਥਾਂ ਨੂੰ ਧੋਣਾ C ਹੱਥਾਂ ਨੂੰ ਰਗੜਨਾ D ਉਪਰੋਕਤ ਵਿੱਚੋਂ ਕੋਈ ਨਹੀਂ ਸੋ ਜਰਾਸੀਮਾ ਦੇ ਫੈਲਾਅ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਉਪਾਅ ਇਹਨਾਂ ਵਿੱਚੋਂ ਕਿਹੜਾ ਤਾਂ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੱਥਾਂ ਨੂੰ ਧੋਣਾ ਨੈਕਸਟ ਕੁਐਸਚਨ ਹੈ ਕਿਸੇ ਕਲੀਨਿਕ ਦੇ ਰਿਸੈਪਸ਼ਨ ਕਾਊਂਟਰ ਤੇ ਕੁਝ ਮਰੀਜ਼ਾਂ ਨੂੰ ਦਿੱਤੇ ਗਏ ਸਮੇਂ ਦੇ ਸਬੰਧ ਵਿੱਚ ਕੁਝ ਉਲਝਣ ਹੈ ਰਿਸੈਪਸ਼ਨਿਸਟ ਦੇ ਕਿਹੜੇ ਹੁਨਰ ਅਤੇ ਯੋਗਤਾਵਾਂ ਉਲਝਣ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਗੇ অপਸ਼ਨ এ ਸੰਚਾਰ ਹੁਨਰ B ਨਿਮਰਤਾ C ਸੰਗਠਨ ਯੋਗਤਾ ਅਤੇ D ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੋਵੇਗਾ অপশন ਨੰਬਰ ਡੀ ਉਪਰੋਕਤ ਸਾਰੇ ਇਹ ਸਾਰੇ ਹੀ ਜਿਹੜੇ ਹੁਨਰ ਆ ਸੰਚਾਰ ਹੁਨਰ ਯਾਨੀ ਕਿ ਕਮਿਊਨੀਕੇਸ਼ਨ ਸਕਿੱਲ ਨਿਮਰਤਾ ਅਤੇ ਸੰਗਠਨ ਯੋਗਤਾ ਠੀਕ ਹੈ ਜੀ ਇਹ ਉਪਰੋਕਤ ਸਾਰੇ ਹੀ ਹੁਨਰ ਤੇ ਯੋਗਤਾਵਾਂ ਹੈ ਉਲਝਣ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਗੀਆਂ ਨੈਕਸਟ ਕੁਐਸਚਨ ਦੇਖਦੇ ਆਂ ਹਾਂਜੀ रिसेप्शनिस्ट ਦੇ ਕੰਮ ਨਾਲ ਜੁੜੇ ਕਾਊਂਟਰਾਂ ਦੀ ਪਛਾਣ ਕਰੋ ਏ ਰਜਿਸਟ੍ਰੇਸ਼ਨ ਕਾਊਂਟਰ ਬੀ ਅਤਰਾਜ ਖੇਤਰ ਸੀ ਰਿਕਾਰਡ ਕਮਰਾ ਜਾਂ ਡੀ ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਊਗਾ ਜੀ অপਸ਼ਨ ਨੰਬਰ ਡੀ ਉਪਰੋਕਤ ਸਾਰੇ ਇਹ ਸਾਰੇ ਹੀ ਜਿਹੜੇ ਕਾਊਂਟਰ ਨੇ ਇਹ ਰਿਸੈਪਸ਼ਨਿਸਟ ਦੇ ਕੰਮ ਨਾਲ ਜੁੜੇ ਹੋਏ ਨੇ ਚਾਹੇ ਉਹ ਰਜਿਸਟ੍ਰੇਸ਼ਨ ਕਾਊਂਟਰ ਹੋਵੇ ਇੰਤਰਾ ਇੰਤਜ਼ਾਰ ਖੇਤਰ ਹੋਵੇ ਜਾਂ ਰਿਕਾਰਡ ਕਮਰਾ ਹੋਵੇ ਨੈਕਸਟ ਕਾਲ ਲਾਈਟਾਂ ਦੀ ਬਾਰੰਬਾਰਤਾ ਨੂੰ ਘਟਾਉਣ ਲਈ ਵਾਰਡ اٹੈਂਡੈਂਟ ਨੂੰ ਅਕਸਰ ਕਿੰਨੇ ਸਮੇਂ ਤੇ ਚੱਕਰ ਲਗਾਉਣਾ ਚਾਹੀਦਾ ਹੈ ਤਾਂ ਆਪਸ਼ਨਸ ਨੇ ਤੁਹਾਡੇ ਕੋਲੇ ਏ 6 ਘੰਟੇ ਅਤੇ ਬੀ 4 ਘੰਟੇ ਅਤੇ ਸੀ 2 ਘੰਟੇ ਅਤੇ ਡੀ 1 ਘੰਟੇ ਤੇ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਆ ਉਹ ਹੈਗਾ ਆਪਸ਼ਨ ਨੰਬਰ ਡੀ ਇੱਕ ਘੰਟੇ ਤੇ ਵਾਰਡ اٹینڈੈਂਟ ਨੂੰ ਚੱਕਰ ਲਗਾਉਣਾ ਚਾਹੀਦਾ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਹਾਂਜੀ 16 ਨੰਬਰ ਤੇ ਕੁਐਸਚਨ ਹੈ ਮਰੀਜ਼ਾਂ ਲਈ ਕਾਲ ਲਾਈਟ ਦੀ ਅਕਸਰ ਵਰਤੋਂ ਕਰਨ ਦਾ ਮੁੱਖ ਕਾਰਨ ਹੈ ਡੈਸ਼ ਕਿਹੜਾ ਕਾਰਨ ਹੈ ਇਹ ਦਰਦ ਬਾਰੇ ਦੱਸਣਾ ਵੀ ਅਜੀਬ ਮੋਨਿਟਰ ਛੋਰਾ ਬਾਰੇ ਦੱਸਣਾ ਸੀ ਟਾਇਲਟਾਂ ਦੀ ਵਰਤੋਂ ਵਿੱਚ ਸਹਾਇਤਾ ਲੈਣਾ ਅਤੇ ਡੀ ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ ਇਨ੍ਹਾਂ ਸਾਰੇ ਹੀ ਕੰਮਾਂ ਬਾਰੇ ਦੱਸਣ ਲਈ ਕਾਲ ਲੈਟਾਂ ਦੀ ਅਕਸਰ ਵਰਤੋਂ ਕਰਨਾ ਮੁੱਖ ਕਾਰਨ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਆਹੇ ਦਿਲ ਦੇ ਦੌਰੇ ਦੇ ਦੌਰਾਨ ਮੈਡੀਕਲ ਐਮਰਜੈਂਸੀ ਲਿਜਾਣ ਦਾ ਰੰਗ ਕੋਡ ਡੈਸ਼ ਹੈ ਇਹ ਲਾਲ ਬੀ ਚਿੱਟਾ ਸੀ ਹਰਾ ਅਤੇ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੈਗਾ ਜੀ অপਸ਼ਨ ਨੰਬਰ A ਦਿਲ ਦੇ ਦੌਰੇ ਦੇ ਦੌਰਾਨ ਮੈਡੀਕਲ ਐਮਰਜੈਂਸੀ ਲਿਜਾਣ ਦਾ ਜਿਹੜਾ ਰੰਗ ਕੋਡ ਹੈ ਉਹ ਲਾਲ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਆ 18 ਨੰਬਰ ਇੱਕ ਮਰੀਜ਼ ਦੀ ਰੋਜ਼ਾਨਾ ਦੇਖਭਾਲ ਦੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਸਹਾਇਕ ਦੀ ਜ਼ਰੂਰਤ ਹੁੰਦੀ ਹੈ ਵਿੱਚ ਡੈਸ਼ ਸ਼ਾਮਲ ਹਨ A ਅਸ਼ਨਾਣ ਅਤੇ ਸ਼ਾਵਰਿੰਗ B ਮਲਤਿਆਗ ਅਤੇ ਪਸ਼ਾਬ ਪ੍ਰਬੰਧਨ C ਕੱਪੜੇ ਪਹਿਨਾਉਣਾ D ਉਪਰੋਕਤ ਸਾਰੇ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਨੰਬਰ D ਯਾਨੀ ਕਿ ਉਪਰੋਕਤ ਸਾਰੇ ਇਹ ਸਾਰੇ ਹੀ ਕੰਮ ਨੇ ਜਿਹੜੇ ਇਹ ਦੇਖਭਾਲ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਨੈਕਸਟ ਕੁਐਸਚਨ ਆਪਾਂ ਦੇਖਦੇ ਆ 19 ਨੰਬਰ ਕੁਐਸਚਨ ਹਾਂਜੀ ਮਰੀਜ਼ ਦੇ ਆਲੇ-ਦੁਆਲੇ ਦਾ ਵਾਤਾਵਰਣ ਡੈਸ਼ ਹੋਣਾ ਚਾਹੀਦਾ ਹੈ ਆਪਸ਼ਨ ਨੇ A ਵਿਰੋਧੀ B ਆਰਾਮਦਾਇਕ ਅਤੇ ਦੋਸਤਾਨਾ C ਸ਼ੱਕੀ ਅਤੇ D ਉਪਰੋਕਤ ਸਾਰੇ ਸੋ ਮਰੀਜ਼ ਦੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਣ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਅਨਸਰ ਆ ਉਹ ਹੋ ਜੂਗਾ অপਸ਼ਨ ਨੰਬਰ ਬੀ ਆਰਾਮਦਾਇਕ ਅਤੇ ਦੋਸਤਾਨਾ ਹੋਣਾ ਚਾਹੀਦਾ ਵਾ ਮਰੀਜ਼ ਦੇ ਆਲੇ ਦੁਆਲੇ ਦਾ ਵਾਤਾਵਰਣ ਸੋ ਨੰਬਰ 1 ਦੇ ਉੱਤੇ ਭੋਜਨ ਤੋਂ ਕੀ ਭਾਵ ਹੈ ਤਾਂ ਅਨਸਰ ਇਹਦਾ ਕੀ ਹੋਊਗਾ ਕਿ ਖਾਣ ਵਾਲੀਆਂ ਉਹ ਚੀਜ਼ਾਂ ਜੋ ਸਾਡੀ ਭੁੱਖ ਨੂੰ ਸੰਤੁਸ਼ਟ ਕਰਨ ਅਤੇ ਸਰੀਰ ਵਿੱਚ ਵਾਧਾ ਕਰਨ ਭੋਜਨ ਅਖਵਾਉਂਦੀਆਂ ਹਨ ਠੀਕ ਹੈ ਜੀ ਕਈ ਵਾਰ ਕੁਐਸਚਨ ਆ ਜਾਂਦਾ ਕਿ ਭੋਜਨ ਤੋਂ ਕੀ ਭਾਵ ਹੈ ਤਾਂ ਖਾਣ ਵਾਲੀਆਂ ਉਹ ਚੀਜ਼ਾਂ ਜੋ ਸਾਡੀ ਭੁੱਖ ਨੂੰ ਸੰਤੁਸ਼ਟ ਕਰਨ ਅਤੇ ਸਰੀਰ ਵਿੱਚ ਵਾਧਾ ਕਰਨ ਭੋਜਨ ਅਖਵਾਉਂਦੀਆਂ ਹਨ ਠੀਕ ਹੈ ਜੀ ਜਿਨ੍ਹਾਂ ਤੋਂ ਸਾਨੂੰ ਵਿਟਾਮਿਨ ਮਿਨਰਲ ਖਣਿਜ ਮਿਲਦੇ ਆ ਨੈਕਸਟ ਕੁਐਸਚਨ ਭੋਜਨ ਵਿੱਚ ਪਾਏ ਜਾਣ ਵਾਲੇ ਖਣਿਜ ਲੂਣਾ ਦੇ ਨਾਮ ਲਿਖੋ ਭੋਜਨ ਦੇ ਵਿੱਚ ਭੋਜਨ ਤੋਂ ਆਪਾਂ ਨੂੰ ਕੀ ਕੀ ਪ੍ਰਾਪਤ ਹੁੰਦਾ ਤਾਂ ਤੁਹਾਡਾ ਆਨਸਰ ਕੀ ਹੋਊਗਾ ਆਪਾਂ ਨੂੰ ਕੈਲਸ਼ੀਅਮ ਫਾਸਫੋਰਸ ਲੋਹਾ ਸੋਡੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਆਇਓਡਿਨ ਕਲੋਰੀਨ ਅਤੇ ਗੰਧਕ ਖਾਣ ਵਾਲੇ ਖਣਿਜ ਜਿਹੜੇ ਇਹ ਸਾਰੇ ਆਪਾਂ ਨੂੰ ਭੋਜਨ ਤੋਂ ਮਿਲਦੇ ਆ ਹਾਂਜੀ ਨੈਕਸਟ ਕੁਐਸਚਨ ਹੈ ਆ ਭਾਫ਼ ਦੁਆਰਾ ਬਣਾਇਆ ਭੋਜਨ ਕਿਉਂ ਚੰਗਾ ਹੁੰਦਾ ਹੈ ਦਾ ਇਸ ਦਾ ਉੱਤਰ ਹੋਊਗਾ ਕਿ ਜਿਹੜਾ ਭਾਫ਼ ਦੁਆਰਾ ਭੋਜਨ ਪਕਾਉਣ ਨਾਲ ਪੋਸ਼ਟਿਕ ਤੱਤ ਖਰਾਬ ਨਹੀਂ ਹੁੰਦੇ ਠੀਕ ਹੈ ਜੀ ਭਾਫ਼ ਦੁਆਰਾ ਬਣਾਏ ਗਏ ਭੋਜਨ ਤੋਂ ਭੋਜਨ ਦੇ ਪੋਸ਼ਟਿਕ ਤੱਤ ਹੁੰਦੇ ਆ ਜਿਹੜੇ ਆਪਣੇ ਸਰੀਰ ਲਈ ਇੰਪੋਰਟੈਂਟ ਹੁੰਦੇ ਆ ਉਹ ਖਤਮ ਨਹੀਂ ਹੁੰਦੇ ਇਹ ਸੀਗੇ ਤਿੰਨ ਕੁਐਸਚਨ ਦੇਖਦੇ ਆ ਨੈਕਸਟ ਆਪਾਂ ਕੁਐਸਚਨ ਨੰਬਰ 4 ਹਾਂਜੀ ਸਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਰੀਰ ਦੇ ਵਿੱਚ ਲਗਭਗ 60% ਪਾਣੀ ਹੁੰਦਾ ਵਾ ਠੀਕ ਹੈ ਜੀ ਤੇ ਨੈਕਸਟ ਕੁਐਸਚਨ ਹੈ ਪ੍ਰੋਟੀਨ ਕਿੰਨੀ ਪ੍ਰਕਾਰ ਦੇ ਹੁੰਦੇ ਆ ਤੇ ਉਹਨਾਂ ਦੇ ਨਾਮ ਲਿਖੋ ਸੋ ਪ੍ਰੋਟੀਨ ਨੇ ਜਿਹੜੇ ਉਹ ਦੋ ਪ੍ਰਕਾਰ ਦੇ ਹੁੰਦੇ ਆ ਪਸ਼ੂ ਪ੍ਰੋਟੀਨ ਅਤੇ ਵਨਸਪਤੀ ਪ੍ਰੋਟੀਨ ਸੋ ਪਸ਼ੂ ਪ੍ਰੋਟੀਨ ਜਿਹੜੇ ਆਪਾਂ ਨੂੰ ਪਸ਼ੂਆਂ ਤੋਂ ਪ੍ਰਾਪਤ ਹੁੰਦੇ ਆ ਵਨਸਪਤੀ ਪ੍ਰੋਟੀਨ ਉਹ ਹੁੰਦੇ ਆ ਜਿਹੜੇ ਆਪਾਂ ਨੂੰ ਪੇੜ ਪੌਦਿਆਂ ਤੋਂ ਪ੍ਰਾਪਤ ਹੁੰਦੇ ਆ ਠੀਕ ਹੈ ਜੀ ਇਹ ਸਾਰੇ ਪੁਆਇੰਟ ਇੰਪੋਰਟੈਂਟ ਨੇ ਤੁਸੀਂ ਨੋਟ ਕਰਨੇ ਹੋਣਗੇ ਪ੍ਰਸ਼ਨ ਨੰਬਰ 6 ਤੁਸੀਂ ਦੇਖ ਸਕਦੇ ਹੋ ਪਸ਼ੂ ਪ੍ਰੋਟੀਨ ਦੇ ਤਿੰਨ ਸੂਮੇ ਦੱਸੋ ਸੋ ਪਸ਼ੂ ਪ੍ਰੋਟੀਨ ਕਿਹੜੇ-ਕਿਹੜੇ ਆ ਮਾਸ ਮੱਛੀ ਦੁੱਧ ਤੇ ਇਹਦੇ ਵਿੱਚ ਆਪਾਂ ਮੀਟ మాਸ ਦੇ ਵਿੱਚ ਹੀ ਆ ਗਿਆ ਹਨ ਤੇ ਇਹੇ ਹੋਗੇ ਪਸ਼ੂ ਪ੍ਰੋਟੀਨ ਠੀਕ ਹੈ ਜੀ ਕਿਉਂਕਿ ਦੁੱਧ ਵੀ ਆਪਾਂ ਨੂੰ ਪਸ਼ੂਆਂ ਤੋਂ ਹੀ ਪ੍ਰਾਪਤ ਹੁੰਦਾ ਹੈ ਨੈਕਸਟ ਬਨਸਪਤੀ ਪ੍ਰੋਟੀਨ ਦੇ 300ਵੇਂ ਦੱਸੋ ਕੁਐਸਚਨ ਨੰਬਰ 7 ਤਾਂ ਜਿਹੜੇ ਬਨਸਪਤੀ ਤੋਂ ਆਪਾਂ ਨੂੰ ਪ੍ਰੋਟੀਨ ਮਿਲਦੇ ਆ ਉਹ ਕਿਹੜੇ-ਕਿਹੜੇ ਹੁੰਦੇ ਆ ਬਨਸਪਤੀ ਤੋਂ ਆਪਾਂ ਨੂੰ ਦਾਲਾਂ ਮਟਰ ਸੋਇਆਬੀਨ ਸਬਜ਼ੀਆਂ ਇਹ ਸਾਰੇ ਜਿਹੜੇ ਸਮ ਇਹ ਪ੍ਰੋਟੀਨ ਨੇ ਇਹ ਆਪਾਂ ਨੂੰ ਬਨਸਪਤੀ ਤੋਂ ਪ੍ਰਾਪਤ ਹੁੰਦੇ ਨੇ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 8 ਕਾਰਬੋਹਾਈਡਰੇਟਸ ਕੀ ਹਨ ਕਾਰਬੋਹਾਈਡਰੇਟਸ ਕਾਰਬਨ ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਣ ਹਨ ਸੋ ਇਹ ਵੀ ਇੰਪੋਰਟੈਂਟ ਹੈ ਕਈ ਵਾਰ ਆ ਜਾਂਦਾ ਕਿ ਕਾਰਬੋਹਾਈਡਰੇਟਸ ਕੀ ਹਨ ਇਹ ਕਾਰਬਨ ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਣ ਹੁੰਦੇ ਹਨ ਨੈਕਸਟ हां जी 9 ਨੰਬਰ ਤੇ ਕੁਐਸਚਨ ਆ ਵਿਟਾਮਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਾਂ ਤੁਹਾਡਾ ਆਨਸਰ ਕੀ ਹੋਊਗਾ ਵਿਟਾਮਨ ਜਿਹੜੇ ਇਹ 6 ਪ੍ਰਕਾਰ ਦੇ ਹੁੰਦੇ ਆ ਵਿਟਾਮਨ A ਵਿਟਾਮਨ B ਵਿਟਾਮਨ C ਵਿਟਾਮਨ D ਵਿਟਾਮਨ E ਅਤੇ ਵਿਟਾਮਨ K ਤੇ ਹੁਣ ਆਪਾਂ ਅੱਗੇ ਪੜ੍ਹ ਲੈਨੇ ਆ ਕਿ ਵਿਟਾਮਿਨਾਂ ਤੋਂ ਕਿਹੜੇ-ਕਿਹੜੇ ਵਿਟਾਮਿਨ ਤੋਂ ਕਿਹੜੀ-ਕਿਹੜੀ ਬਿਮਾਰੀ ਹੁੰਦੀ ਆ ਵਿਟਾਮਿਨਾਂ ਦੀ ਘਾਟ ਨਾਲ ਇਹ ਮੈਂ ਪਹਿਲਾਂ ਵੀ ਆਲਰੇਡੀ ਦੱਸ ਚੁੱਕਿਆ ਹਾਂ ਤੁਸੀਂ A B C ਅਤੇ ਇਹਦੇ ਫਾਰਮੂਲੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਜਿੱਦਾਂ ਫੋਰ ਐਗਜ਼ਾਮਪਲ ਵਿਟਾਮਿਨ A ਤੋਂ ਕਿਹੜੀ ਬਿਮਾਰੀ ਹੁੰਦੀ ਆ A ਤੋਂ ਹੁੰਦੀ ਆ ਜੀ A ਫਾਰ ਅੰਧਰਾਤਾ ਤੇ ਵਿਟਾਮਿਨ B ਦੀ ਘਾਟ ਨਾਲ ਕਿਹੜੀ ਹੁੰਦੀ ਆ B ਫਾਰ 베ਰੀ베ਰੀ ਤੇ ਵਿਟਾਮਿਨ ਸੀ ਦੀ ਘਾਟ ਨਾਲ ਕਿਹੜੀ ਹੁੰਦੀ ਆ ਸਕਰਵੀ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਜਿਹੜੀ ਬਿਮਾਰੀ ਹੁੰਦੀ ਆ ਉਹ ਕਿਹੜੀ ਆ ਰਿਕਟਸ ਸੋ ਇਸ ਤਰ੍ਹਾਂ ਤੁਸੀਂ ਚਾਰੇ ਵਿਟਾਮਿਨਾਂ ਦੀ ਘਾਟ ਨਾਲ ਜੋ ਬਿਮਾਰੀਆਂ ਹੁੰਦੀਆਂ ਨੇ ਉਹ ਯਾਦ ਰੱਖ ਸਕਦੇ ਹੋ ਸੋ ਆਪਾਂ ਦੇਖਦੇ ਆ ਕੁਐਸਚਨ ਨੰਬਰ 10 ਅੰਧਰਾਤਾ ਰੋਗ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਮੈਂ ਆਲਰੇਡੀ ਦੱਸ ਚੁੱਕਿਆ ਮਾ ਵਿਟਾਮਿਨ ਏ ਦੀ ਘਾਟ ਜਦੋਂ ਹੁੰਦੀ ਆ ਤਾਂ ਅੰਧਰਾਤਾ ਰੋਗ ਹੋ ਜਾਂਦਾ ਹੈ ਨੈਕਸਟ ਆ ਕਿਸ ਵਿਟਾਮਿਨ ਦੀ ਘਾਟ ਕਾਰਨ ਮਸਕਰਵੀ ਰੋਗ ਹੁੰਦਾ ਹੈ ਤਾਂ ਮੈਂ ਦੱਸ ਚੁੱਕਿਆ ਮਸਕਰਵੀ ਰੋਗ ਆ ਜਿਹੜਾ ਹੋ ਵਿਟਾਮਿਨ ਸੀ ਦੀ ਘਾਟ ਨਾਲ ਹੁੰਦਾ ਹੈ ਹਾਂਜੀ ਨੈਕਸਟ ਆ 베ਰੀ 베ਰੀ ਰੋਗ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦਾ ਇਹ ਵੀ ਆਲਰੇਡੀ ਆਪਾਂ ਦੱਸ ਚੁੱਕੇ ਆ ਕਿ ਵਿਟਾਮਿਨ ਬੀ ਦੀ ਘਾਟ ਨਾਲ 베ਰੀ 베ਰੀ ਰੋਗ ਹੁੰਦਾ ਹੈ ਇਹ ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਪਰ ਇਹ ਰਿਵੀਜ਼ਨ ਵੀਡੀਓ ਆ ਇਹ ਵੀਡੀਓ ਤੋਂ ਬਾਅਦ ਇਹਨਾਂ ਕੁਐਸਚਨਾਂ ਵਾਲੀ ਰਿਵੀਜ਼ਨ ਤੁਹਾਡੀ ਬਿਲਕੁਲ ਪੱਕੀ ਹੋ ਜੂ ਹਾਂਜੀ 13 ਨੰਬਰ ਕੁਐਸਚਨ ਦੇਖਦੇ ਹਾਂ ਪਾਇਓਰੀਆ ਰੋਗ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦਾ ਤਾਂ ਵਿਟਾਮਿਨ ਸੀ ਦੀ ਘਾਟ ਕਰਕੇ ਪਾਇਓਰੀਆ ਨਾਮ ਦਾ ਰੋਗ ਹੋ ਜਾਂਦਾ ਨੈਕਸਟ 14 ਨੰਬਰ ਕੁਐਸਚਨ ਦੇਖੋ ਬਾਜਪੰਦਾ ਰੋਗ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਤਾਂ ਸਹੀ ਉੱਤਰ ਹੈ ਵਿਟਾਮਿਨ ਈ ਦੀ ਕਮੀ ਕਰਕੇ ਬਾਜਪੰਦਾ ਰੋਗ ਹੋ ਜਾਂਦਾ ਹੈ ਹਾਂਜੀ 15 ਨੰਬਰ ਤੇ ਕੁਐਸਚਨ ਆ ਕਿਹੜੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਨਹੀਂ ਹਨ ਤਾਂ ਤੁਹਾਡਾ ਸਹੀ ਜਵਾਬ ਆ ਵਿਟਾਮਿਨ ਸੀ ਡੀ ਅਤੇ ਕੇ ਜਿਹੜੇ ਹੀ ਤਿੰਨ ਵਿਟਾਮਿਨ ਨੇ ਇਹ ਪਾਣੀ ਦੇ ਵਿੱਚ ਘੁਲਣਸ਼ੀਲ ਨਹੀਂ ਹੁੰਦੇ ਵਿਟਾਮਿਨ ਸੀ ਡੀ ਅਤੇ ਕੇ ਇਸ ਤੋਂ ਇਲਾਵਾ ਜਿਹੜੇ ਵਿਟਾਮਿਨ ਬੀ ਅਤੇ ਵਿਟਾਮਿਨ ਏ ਵੀ ਹੁੰਦੇ ਆ ਉਹ ਪਾਣੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦੇ ਨੇ ਨੈਕਸਟ ਛੋਟੇ ਬੱਚੇ ਲਈ ਕਿਹੜਾ ਦੁੱਧ ਚੰਗਾ ਹੁੰਦਾ ਹੈ ਸਭ ਤੋਂ ਚੰਗਾ ਛੋਟੇ ਬੱਚੇ ਲਈ ਮਾਂ ਦਾ ਦੁੱਧ ਹੀ ਸਭ ਤੋਂ ਚੰਗਾ ਹੁੰਦਾ ਹੈ ਤੇ ਮਾਂ ਦਾ ਦੁੱਧ ਘੱਟੋ ਘੱਟ ਕਿੰਨੇ ਟਾਈਮ ਲਈ ਪਲਾਉਣਾ ਚਾਹੀਦਾ ਛੋਟੇ ਬੱਚੇ ਨੂੰ 1 ਸਾਲ ਲਈ ਠੀਕ ਹੈ ਜੀ ਕਾਫੀ ਸਾਰੇ ਡਾਕਟਰ 6 ਮਹੀਨੇ ਲਈ ਵੀ ਰეკਮੈਂਡ ਕਰਦੇ ਆ ਪਰ 1 ਸਾਲ ਲਈ ਪਲਾਉਣਾ ਚਾਹੀਦਾ ਜੇਕਰ ਆਪਸ਼ਨਾਂ ਦੇ ਵਿੱਚ 1 ਸਾਲ ਨਾ ਹੋਵੇ 6 ਮਹੀਨੇ ਹੋਵੇ ਤਾਂ ਤੁਹਾਡਾ ਰਾਈਟ ਆਨਸਰ ਹੈ ਤੇ ਜੇਕਰ 6 ਮਹੀਨੇ ਨਾ ਹੋਵੇ 1 ਸਾਲ ਹੋਵੇ ਤਾਂ ਉਹ ਵੀ ਤੁਹਾਡਾ ਰਾਈਟ ਆਨਸਰ ਹੋ ਜਾਊਗਾ ਨੈਕਸਟ ਕਵੈਸਚਨ ਆਪਾਂ ਦੇਖਦੇ ਆਂ ਕਵੈਸਚਨ ਨੰਬਰ 17 ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ਤਾਂ ਆਨਸਰ ਕੀ ਆ ਉਬਾਲਣਾ ਭੁੰਨਣਾ ਤਲਣਾ ਅਤੇ ਭਾਫ਼ ਵਿੱਚ ਬਣਾਉਣਾ ਸੋ ਇਹਨਾਂ ਢੰਗਾਂ ਦੇ ਨਾਲ ਆਪਾਂ ਭੋਜਨ ਬਣਾਉਨੇ ਆਂ ਉਬਾਲ ਕੇ ਵੀ ਬਣਾਉਨੇ ਆਂ ਭੁੰਨ ਕੇ ਤਲ ਕੇ ਅਤੇ ਭਾਫ਼ ਦੇ ਨਾਲ ਨੈਕਸਟ 18 ਨੰਬਰ ਕਵੈਸਚਨ ਹੈ ਆ ਹਾਂਜੀ ਸਾਡੇ ਰੋਜ਼ਾਨਾ ਦੇ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਆ ਤਾਂ ਤੁਹਾਡਾ ਆਨਸਰ ਹੋਊਗਾ 70 ਤੋਂ ਲੈ ਕੇ 100 ਗ੍ਰਾਮ ਤੱਕ ਸਾਡੇ ਰੋਜ਼ਾਨਾ ਦੇ ਭੋਜਨ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਹੋਣੀ ਚਾਹੀਦੀ ਆ ਕੁਐਸਚਨ ਨੰਬਰ 19 ਕਾਰਬੋਹਾਈਡਰੇਟਸ ਕਿਹੜੇ ਤੱਤਾਂ ਦਾ ਮਿਸ਼ਰਣ ਹਨ ਤਾਂ ਕਾਰਬੋਹਾਈਡਰੇਟਸ ਜਿਹੜੇ ਹੁੰਦੇ ਆ ਉਹ ਆਕਸੀਜਨ ਹਾਈਡਰੋਜਨ ਅਤੇ ਕਾਰਬਨ ਦਾ ਮਿਸ਼ਰਣ ਹੁੰਦੇ ਹਨ ਨੈਕਸਟ 20 ਨੰਬਰ ਕੁਐਸਚਨ ਹੈ ਆ ਕਾਰਬੋਹਾਈਡਰੇਟਸ ਕਿਹੜੇ ਦੋ ਰੂਪਾਂ ਵਿੱਚ ਮਿਲਦੇ ਹਨ ਤਾਂ ਤੁਹਾਡਾ ਆਨਸਰ ਹੋ ਜਾਊਗਾ स्टार्च ਅਤੇ ਸ਼ੱਕਰ ਦੇ ਰੂਪ ਵਿੱਚ ਨੈਕਸਟ 21 ਨੰਬਰ ਤੇ ਕੁਐਸਚਨ ਹੈ ਪ੍ਰੋਟੀਨ ਕਿਹੜੇ ਤੱਤਾਂ ਦਾ ਮਿਸ਼ਰਣ ਹਨ ਤਾਂ ਜਿਹੜੇ ਪ੍ਰੋਟੀਨ ਹੁੰਦੇ ਆ ਇਹ ਕਾਰਬਨ ਨਾਈਟrogen ਹਾਈਡrogen ਅਤੇ ਗੰਧਕ ਦਾ ਮਿਸ਼ਰਣ ਹੁੰਦੇ ਹਨ ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਆ 22 ਨੰਬਰ ਕੁਐਸਚਨ ਹਾਂਜੀ ਜੀਵਨ ਤੱਤ ਕਿਹਨਾਂ ਨੂੰ ਕਹਿੰਦੇ ਹਨ ਤਾਂ ਆਨਸਰ ਹੋ ਜਾਊਗਾ ਵਿਟਾਮਿਨਾ ਨੂੰ ਵਿਟਾਮਿਨਾ ਨੂੰ ਜੀਵਨ ਦੇ ਤੱਤ ਵੀ ਕਿਹਾ ਜਾਂਦਾ ਹੈ ਨੈਕਸਟ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਤਾਂ ਤੁਹਾਡਾ ਆਨਸਰ ਹੋਊਗਾ ਵਿਟਾਮਿਨ B ਅਤੇ C ਸੋ ਉੱਤੇ ਆਪਾਂ ਇੱਕ ਕੁਐਸਚਨ ਕਰਕੇ ਹਟਿਆ ਜਿਹਦੇ ਵਿੱਚ ਜਿਹੜਾ ਸੀ ਵਿਟਾਮਿਨ ਸੀਗਾ ਇਹਨਾਂ ਨੇ ਲਿਖਿਆ ਸੀਗਾ ਕਿ ਉਹ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ਸੋ ਉੱਥੇ ਸੀ ਦੀ ਜਗ੍ਹਾ ਡੀ ਆਉਣਾ ਸੀ ਜਿਹੜੇ ਬੀ ਅਤੇ ਸੀ ਵਿਟਾਮਿਨ ਨੇ ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਨੇ ਆਪਾਂ ਹੁਣੇ ਕਲੀਅਰ ਕਰ ਲੈਨੇ ਆ ਇੱਕ ਮਿੰਟ ਆਪਾਂ ਦੇਖਦੇ ਆ ਉੱਤੇ ਇੱਕ ਆਪਾਂ ਕੁਐਸਚਨ ਕਰਕੇ ਹਟਿਆ ਕਿ ਪਾਣੀ ਦੇ ਆ ਦੇਖੋ ਕਿਹੜੇ ਵਿਟਾਮਿਨ ਪਾਣੀ ਦੇ ਵਿੱਚ ਆ ਦੇਖੋ ਇੱਥੇ ਸੀ ਦੀ ਜਗ੍ਹਾ ਤੇ ਨਾ ਵਿਟਾਮਿਨ ਏ ਆਉਣਾ ਸੀ ਏ ਡੀ ਅਤੇ ਕੇ ਠੀਕ ਹੈ ਜੀ ਕਿਉਂਕਿ ਜਿਹੜਾ ਵਿਟਾਮਿਨ ਸੀ ਅਤੇ ਬੀ ਆ ਇਹ ਤਾਂ ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦੇ ਹਨ ਸੋ ਇਹ ਤੁਸੀਂ ਨੋਟ ਕਰ ਲਓ ਠੀਕ ਹੈ ਸਾਡੇ ਭੋਜਨ ਵਿੱਚ ਚਰਬੀ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ 24 ਨੰਬਰ ਕੁਐਸਚਨ ਦਾ ਆਨਸਰ ਹੋ ਜਾਊਗਾ 50 ਤੋਂ ਲੈ ਕੇ 70 ਗ੍ਰਾਮ ਸਾਡੇ ਭੋਜਨ ਦੇ ਵਿੱਚ ਚਰਬੀ ਦੀ ਮਾਤਰਾ ਹੋਣੀ ਚਾਹੀਦੀ ਹੈ ਹਾਂਜੀ 25 ਨੰਬਰ ਕੁਐਸਚਨ ਹੈ ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਤਾਂ ਤੁਹਾਡਾ ਆਨਸਰ ਹੋਊਗਾ ਖੂਨ ਵਿੱਚ ਹੀਮੋਗਲੋਬਿਨ ਘਟ ਜਾਂਦਾ ਹੈ ਨੈਕਸਟ 26 ਨੰਬਰ ਤੇ ਕੁਐਸਚਨ ਹੈ ਭੋਜਨ ਖਾਣ ਦੀ ਥਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਤੁਹਾਡਾ ਜਿਹੜਾ ਆਨਸਰ ਹੋਊਗਾ ਕਿ ਭੋਜਨ ਖਾਣ ਦੀ ਥਾਂ ਵਾ ਜਿਹੜੀ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸੋ ਇਹ ਸੀਗੀ ਜੀ ਅੱਜ ਦੀ ਕੁਝ ਇੰਪੋਰਟੈਂਟ ਕੁਐਸਚਨਾਂ ਨਾਲ ਭਰੀ ਹੋਈ ਵੀਡੀਓ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਇਦਾਂ ਦੇ ਹੀ ਇੰਪੋਰਟੈਂਟ ਕੁਐਸਚਨਸ ਲੈ ਕੇ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਪੇਪਰ ਕਲੀਅਰ ਕਰਨ ਦੇ ਵਿੱਚ ਮਦਦ ਕਰਨਗੇ ਸੋ ਰੋਲ ਨੰਬਰ ਰੋਲ ਨੰਬਰ ਆ ਚੁੱਕੇ ਨੇ ਰੋਲ ਨੰਬਰ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਾਂ ਕੱਲ ਜਿਹੜੀ ਵੀਡੀਓ ਲਾਈ ਸੀਗੀ 740 ਤੇ ਉਹਦੇ ਵਿੱਚ ਆਪਾਂ ਦੱਸਿਆ ਹੋਇਆ ਵਾ ਵੀ ਕਿਸ ਤਰ੍ਹਾਂ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿਹੜੇ ਐਮਪੀਐਚ ਡਬਲਯੂ ਦੀ ਤਿਆਰੀ ਕਰ ਰਹੇ ਹੈ ਬੱਚੇ ਉਹ ਅੱਗੇ ਵੀ ਰეკਮੈਂਡ ਕਰ ਸਕਦੇ ਆ ਬੱਚਿਆਂ ਨੂੰ ਕਿ ਆਪਾਂ ਚੈਨਲ ਦੇ ਉੱਤੇ ਤਿਆਰੀ ਕਰਵਾ ਰਹੇ ਹਾਂ ਸੋ ਵੀਡੀਓਜ਼ ਅੱਜ ਲਗਾਤਾਰ ਆਉਣਗੀਆਂ 9:30 ਤੋਂ ਬਾਅਦ ਆਪਣੀ 12:30 ਵਜੇ ਵੀਡੀਓ ਆਊਗੀ ਉਸ ਤੋਂ ਬਾਅਦ 4:07 ਤੇ ਫਿਰ ਰਾਤ ਨੂੰ 8:30 ਵਜੇ ਵੀਡੀਓ ਆਊਗੀ ਸੋ ਦੇਖਣੀ ਆ ਨਾ ਭੁੱਲਿਓ